ਹਰਿਆਣਾ ਦੀ ਸਿੱਖ ਗੋਮ ਨੂੰ ਇੱਕ ਜੁਟ ਕਰਨ ਅਤੇ ਉਹਨਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦੀ ਮੁਹਿੰਮ ਹੁਣ ਜ਼ੋਰ ਫੜਦੀ ਨਜ਼ਰ ਆ ਰਹੀ ਹੈ 8 ਸਤੰਬਰ ਨੂੰ ਕਰਨਾਲ ਦੇ ਵਿੱਚ ਹੋਣ ਜਾ ਰਹੀ ਹਰਿਆਣਾ ਸਿੱਖ ਕਾਨਫਰੰਸ ਨੂੰ ਹੁਣ ਸਿੱਖ ਗੋਮ ਦੀਆਂ ਵੱਡੀਆਂ ਸ਼ਖਸੀਅਤਾਂ ਦਾ ਸਮਰਥਨ ਮਿਲ ਰਿਹਾ ਹੈ ਹਰਿਆਣਾ ਦੇ ਗਿਆਨਵਾਨ ਸਿੱਖਾਂ ਨੇ ਤਤ શ્રી ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਮੁਲਾਕਾਤ ਕਰਕੇ 8 ਸਤੰਬਰ ਨੂੰ ਕਰਨਾਲ ਵਿਖੇ ਹੋਣ ਵਾਲੇ ਸਿੱਖ ਮਹਾ ਸੰਮੇਲਨ ਲਈ ਸੱਦਾ ਦਿੱਤਾ। ਹਰਿਆਣਾ ਦੇ ਸਿੱਖਾਂ ਦੀ ਏਕਤਾ ਤੇ ਉਹਨਾਂ ਦੇ ਹੱਕਾਂ ਦੀ ਪੂਰਤੀ ਲਈ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਕਾਇਦਾ ਆਪਣੇ ਵੀਡੀਓ ਸੰਦੇਸ਼ ਜਾਰੀ ਕਰਦਿਆਂ ਹਰਿਆਣਾ ਰਾਜ ਤੇ ਹਰ ਸਿੱਖ ਪਰਿਵਾਰ ਨੂੰ ਇਸ ਹਰਿਆਣਾ ਸਿੱਖ ਮਹਾ ਸੰਮੇਲਨ ਵਿੱਚ ਸ਼ਮੂਲੀਅਤ ਕਰਨ ਲਈ ਆਖ ਦਿੱਤੇ। ਦੱਸ ਦਈਏ ਕਿ 7 ਜੁਲਾਈ ਨੂੰ ਕਰਨਾਲ ਵਿਖੇ ਹੋਈ ਸੂਬਾ ਪੱਦਰੀ ਮੀਟਿੰਗ ਤੇ ਉਸ ਤੋਂ ਬਾਅਦ ਹਸਾਰ ਫਤਿਹਬਾਦ ਸਿਰਸਾ ਕੈਥ ਰੁਕਸ਼ੇਤਰਾ ਜ਼ਿਲ੍ਹਿਆਂ ਵਿੱਚ ਕਈ ਬਲਾਕਾਂ 'ਚ ਮਾਸੀ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਤੇ ਹੋਰ ਜ਼ਿਲ੍ਹਿਆਂ ਦੇ ਸਿੱਖ ਨੁਮਾਇੰਦਿਆਂ ਤੇ ਸੰਗਤ ਦੀ ਰਾਏ ਲਈ ਗਈ। ਚੋਣਾਂ ਤੋਂ ਬਾਅਦ ਹੋਈ ਹਰਿਆਣਾ ਸਿੱਖ ਕਾਨਫਰੰਸਾਂ ਵਿੱਚ ਸਿੱਖ ਧਰਮ ਦੇ ਪੰਜ ਤਖਤ ਸਾਹਿਬ ਦੇ ਜਥੇਦਾਰਾਂ ਦੀ ਥਾਂ ਹਰਿਆਣੇ ਦੀ ਸਿੱਖ ਕੌਮ ਨੂੰ ਸੇਧ ਦੇਣ ਲਈ ਸਿੱਖ ਪੰਥ ਦੇ ਨਾਮਵਰ ਮਹਾਪੁਰਖਾਂ ਤੇ ਮੋਰੀ ਸਿੱਖਾਂ ਨੂੰ ਬੁਲਾਇਆ ਜਾ ਰਿਹਾ ਹੈ। ਇਸ ਸਬੰਧੀ ਸੂਬੇ ਦੇ ਉੱਗੇ ਸਿੱਖ ਆਗੂ ਜਗਦੀਪ ਸਿੰਘ ਔਲਖ, ਗੁਰਤੇਜ ਸਿੰਘ ਖਾਲਸਾ, ਹਰਪ੍ਰੀਤ ਸਿੰਘ ਦਰਦੀ, ਅਵਤਾਰ ਸਿੰਘ ਚੱਕੂ, ਸ਼ਰਨਜੀਤ ਸਿੰਘ ਅਮਰਜੀਤ ਸਿੰਘ ਮੋਤੀ ਸਮੇਤ ਹੋਰ ਵੀ ਕਈ ਜਿਹੜੇ ਸਿੱਖਾਗੂ ਪਹੁੰਚ ਰਹੇ ਨੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਹਰਿਆਣਾ ਦੀ ਸਿੱਖ ਕੌਮ ਇਹ ਵਾਲੀਆਂ ਜਿਹੜੀਆਂ ਮੰਗਾ ਤੁਹਾਨੂੰ ਦੱਸਣ ਜਾ ਰਹੇ ਆ ਉਹਨਾਂ ਦੀ ਤਿਆਰੀ ਕਰ ਰਹੀ ਹੈ ਮੰਗਾਂ ਲਈ ਸੰਘਰਸ਼ ਦੀ ਤਿਆਰੀ ਜਿਹੜੀ ਜ਼ੋਰ ਫੜਦੀ ਨਜ਼ਰ ਆ ਰਹੀ ਹੈ